ਪਿੰਡ ਦੇ ਅੱਜ ਹੋ ਗਏ ਬੰਦੇ ਇਕੱਠੇ ਸਾਡੇ ਹੋਣਾ ਹੀ ਪੈਣਾ ਯਾਰ ਪਾਣੀ ਆ ਗਿਆ ਹੁਣ ਕਰੀਏ ਕੀ ਝੋਨਾ ਡੁੱਬਿਆ ਪਿਆ ਵਾ ਅੱਗੇ ਹਲਦੀ ਵਾਲੀ ਬਿਮਾਰੀ ਪਈ ਆ ਮੂਰੇ ਦੇਖੋ ਤਾਂ ਭੂਗੋਲੇ ਤੇ ਹਰ ਪੂਰੇ ਕੋਲ ਰੱਖੇ ਐ ਨਹੀਂ ਕੱਲ ਮੋਟਰ ਗੱਡੀ ਉੱਚ ਸੱਪ ਬੜਿਆ ਸੀ ਰਾਤ ਨੂੰ ਪਹਿਰੇ ਤੇ ਆ ਲੱਗਦਾ ਜੀ ਆਪਣੇ ਵਾਲਾ ਬੰਨਾ ਨਾ ਤੋੜਨ ਆ ਗਿਆ ਪਾਣੀ ਇੱਧਰ ਹੁਣ ਪੀਏ ਇਤਕੀ ਦੇਖੋ ਹੁਣ ਉਹ ਜਗਿਆੜੀ ਵੀ ਨਿਕਲਦੇ ਉੱਤੇ ਲਗਾ ਦੇ ਇਹਨਾਂ ਦੇ ਜਗਿਆੜਾ ਡਰ ਲੱਗਦਾ ਪਤਾ ਲੱਗੇ ਵਿੱਚੇ ਕੈਦ ਹੋ ਗਏ ਅਸੀਂ ਉਧਰ ਆ ਜਾਓ ਦੇਖ ਕੇ ਆਈ ਉਧਰ ਆ ਜਾ ਲਾਪਿਆ ਪਾਣੀ ਆਇਆ ਦਿਖਾ ਦਈਏ ਲੈ ਭਗੋਲਾ ਜਾ ਓਏ ਆ ਮੋਟਰਸਾਈਕਲ ਦੀ ਪਕੜ ਲੈ ਘੁਮਾ ਕੇ ਮੋਟਰ ਨੂੰ ਲੈਟ ਮਾਰੀ ਪਕੜ ਦੀ ਘੁਮਾ ਕੇ ਆਹ ਦੇਖੋ ਜੀ ਪਾਣੀ ਲਾਪਿਆ ਹੋਏ ਜਾਣ ਅੱਜ ਇੱਧਰ ਨੂੰ ਖੜਾ ਜਾਣ ਉੱਥੇ ਇੱਥੇ ਕਿਹੜਾ ਕਰਦੇ ਇੱਧਰ ਨੂੰ ਮਾਰੀ ਲੈਟ ਜੀ ਇੱਥੋਂ ਮੋਟਰਸਾਈਕਲ ਗੱਬੇ ਲਾਇਆ ਤੂੰ ਸਦਾਈਆ ਨਹੀਂ ਨਹੀਂ ਸਾਈਡ ਨੂੰ ਕਰ ਗਿਆ ਉੱਥੇ ਟੋਆ ਮੁਰੇ ਜਾਂ ਸਾਈਡ ਨੂੰ ਕਰਿਆ ਸਹੀ ਗੱਲ ਸਦਾਈ ਆ ਦੇਖੋ ਲਾਪਿਆ ਪਾਣੀ ਜਾਣਾ ਮਿੱਟੀ ਫੇਰ ਉੱਡ ਜਾਣੀ ਇੱਥੇ ਕੰਮ ਚੱਲਦਾ ਸੀਗਾ ਉੱਧਰ ਲੱਗਣਾ ਫੌਜੀ ਆਪਣੇ ਪਿੰਡ ਦਾ ਉਹ ਸ਼ਹੀਦ ਹੋਇਆ ਉਹ ਲੱਗਣਾ ਬੁੱਤ ਉੱਧਰ ਦੀ ਘੁੰਮਣਾ ਪਾਣੀ ਦੇਖ ਲੈ ਹਾਂ ਯਾ ਪਾਣੀ ਪਿੰਡ ਦੇ ਫੇਰ ਅਰੇ ਉਹਦੀ ਘੁੰਮੂਗਾ ਜਿਹੜਾ ਨੇ ਤਾਂ ਪੂਰੀ ਆ ਡਾਫ ਲੱਗੀ ਨਹੀਂ ਨਹੀਂ ਨਿਕਲ ਜਾਣਾ ਇੱਥੋਂ ਦੀ ਪਾਣੀ ਨੇ ਰਾਹ ਬਣਾ ਲੈਣਾ ਇੱਥੋਂ ਹੀ ਔਰ ਇੱਟਾਂ ਰੋੜੇ ਆਦਲੀ ਇਹ ਪ੍ਰੈਸ਼ਰ ਨਾਲ ਰੋੜਨੇ ਉਦਾਂ ਨਹੀਂ ਰੋੜਨੇ ਕਿਉਂ ਜਿਹੜਾ ਨਾ ਜ਼ਿਆਦਾ ਪਾਣੀ ਨਾਲ ਰੋੜੂ ਰੋੜੂ ਤਾਂ ਨਹੀਂ ਤਾਂ ਇੰਨੇ ਕਿੰਨਾ ਥੋੜੀ ਰੋੜਨੇ ਜਾਂ ਘੁੰਮ ਕੇ ਪਾਣੀ ਭਰੇ ਹੁੰਦੀ ਆ ਉਹ ਡਾਫ ਲੱਗਣੀ ਆ ਜਿੱਦਾਂ ਉਹ ਹਾਂ ਡਾਫ ਲਾ ਕੇ ਨੇ ਹੋਰ ਮਿੱਟੀ ਰੋੜ ਦੇਣੀ ਆ ਉਹ ਡੇਗ ਨਹੀਂ ਛੱਡ ਲੈਣੀ ਇੱਥੋਂ ਡਾਫਾਂ ਜਦੋਂ ਤੁਰ ਪਈਆਂ ਹਨਾ ਆ ਸਾਰਾ ਕਵਣ ਜਿਹੜਾ ਲਫਾਫਾ ਹੋਣਾ ਫੇਰ ਗਾਲਾ ਨਾ ਕੱਢਿਓ ਵਿੱਚ ਭਰਾ ਮੇਰਾ ਗਾਲਾ ਤਾਂ ਵਾ ਹੀ ਨਹੀਂ ਕੱਢਦੇ ਤੁਹਾਡੀ ਆਰਤ ਵਾਹੀ ਸਰ ਮੈਨੂੰ ਲੱਗਦਾ ਛੱਪੜ ਸਵੇਰ ਤੱਕ ਫੇਰ ਭਰ ਜਾਣਾ ਭਾਜੀ ਤੋਂ ਬਗੈਰ ਨਹੀਂ ਗੱਲ ਕਰੀ ਦੀ ਅਸੀਂ ਇੱਧਰ ਨੂੰ ਹੁਣ ਹੋਣ ਲੱਗ ਪਿਆ ਪਾਣੀ ਆ ਗਿਆ ਫੇਰ ਅੱਜ ਸਾਡੇ ਘਰ ਲੱਗ ਗਿਆ ਇੱਟਾਂ ਸੁਟਾਈਆਂ ਹਲੇ ਜਾ ਕੰਮ ਤਾਂ ਬਹੁਤ ਹਲੇ ਅੰਦਰ ਤਲਵਿੰਦਰ ਦਾ ਇਸ ਤੋਂ ਤਲਵਿੰਦਰ ਦਾ ਪ੍ਰਧਾਨ ਬਣਾਇਆ ਪੀਸੀ ਦਾ ਇੱਧਰ ਲਾਪਿਆ ਪਾਣੀ ਜਾਣੀ ਛੱਪੜ ਦਾ ਫੇਰ ਅੱਜ ਦੇਖਦੇ ਹਾਂ ਸਵੇਰ ਨੂੰ ਫੇਰ ਕਿੰਨਾ ਕੁ ਬਣਾਵਾਂਗੇ ਹੁਣ ਤਾਂ ਹੋ ਗਿਆ ਹਨੇਰਾ ਅਤੇ ਇੱਧਰ ਨੂੰ ਕਰਦਾ ਪਾਣੀ ਛੱਪੜ 'ਚ ਕੁਆਲਿਟੀ ਘੱਟ ਜਾਣੀ ਵੀਡੀਓ ਦੀ ਨੌ ਵਜੇ ਤੱਕ ਤੇ ਅੱਧਾ ਹੋ ਜਾਣਾ ਛੱਪੜ ਅੱਜ ਕਰੋ ਚੈੱਕ ਜੀ ਮੁੰਡਾ ਬਹੁਤ ਮਿਹਨਤੀ ਆ ਮਿਹਨਤੀ ਕੋਈ ਨੀ ਗਾ ਟੈਨਸ਼ਨ ਆਪਣਾ ਘੱਟ ਗਿਆ ਉਹਦਾ ਚਲੋ ਸਵੇਰ ਨੂੰ ਬਣਾਉਂਦੇ ਵੀਡੀਓ ਬਾਕੀ ਤਾਂ ਫਿਰ ਦਿਖਾਉਂਦੇ ਤੁਹਾਨੂੰ ਕਿੰਨਾ ਕੁ ਭਰਿਆ ਛੱਪੜ